ਗੰਜ ਬਖਸ਼ ਨੇ ਫਰਮਾਇਆ ਆਪਣੇ ਖੁਲਫਾ ਨੂੰ ਜਿਹਨੂੰ ਜਿਹਨੂੰ ਜੋ ਜੋ ਚਾਹੀਦਾ ਸਦਕਾ ਮੁਹੰਮਦ ਮੁਸਤਫਾ ਦਾ ਮੰਗ ਲਓ। ਸੁਭਾਨ ਅੱਲਾਹ। ਪੀਰ ਮੁਹੰਮਦ ਸੱਚਾ ਯਾਰ ਉੱਠੇ, ਉਹਨਾਂ ਉੱਠ ਕੇ ਅਰਜ਼ ਕੀਤੀ, ਯਾ ਹਾਦੀ ਯਾ ਕਾਮਲ, ਪੀਰੀ ਅਮੀਰੀ ਤੇ ਫਕੀਰੀ। ਆਪਨੇ ਫਰਮਾਇਆ ਸਦਕਾ ਮੁਸਤਫਾ ਦਾ ਦਿੱਤਾ, ਜਿਹਨੇ ਜੋ ਜੋ ਚਾਹਿਆ ਸੋ ਸੋ ਮਿਲਿਆ। ਤੇ ਪਾਕ ਸਾਹਿਬ ਨੂੰ ਹਾਦੀ ਨੌਸ਼ਾ ਕਾਮਲ ਨੇ ਫਰਮਾਇਆ ਕਿ ਮਸਤਾਨਿਆ ਕਿ ਤੁਸੀਂ 9 ਜੇਠ ਨੂੰ ਸਰਕਾਰੇ ਪਾਕ ਦਾ ਖਤਮ ਪਾਕ ਦਵਾਉਣਾ ਕਰਨਾ। ਤੇ ਪਾਕ ਸਾਹਿਬ ਨੇ ਅਰਜ਼ ਕੀਤੀ ਯਾ ਹਾਦੀ ਕਾਮਲ ਕਿ ਖਤਮਾਂ ਤੇ ਲੋਕ ਆਉਂਦੇ ਨੇ ਤੇ ਮੇਰੇ ਕੋਲ ਤੇ ਪਾਣੀ ਕੋਈ ਨਹੀਂ। ਤੇ ਹਾਦੀ ਨੌਸ਼ਾ ਨੇ ਫਰਮਾਇਆ ਜੇ ਮੈਂ ਪਾਣੀ ਲੈ ਕੇ ਨਾ ਆਇਆ ਤੇ ਫਿਰ ਮੈਨੂੰ ਨੌਸ਼ਾ ਨਾ ਆਖੀ। ਉਹ 9 ਜੇਠ ਆਈ ਤੇ ਨੌਸ਼ਾ ਪਾਕ ਆਪਣੇ ਖੁਲਫਾ ਨਾਲ ਭੇੜੀ ਸ਼ਰੀਫ ਆ ਰਹੇ ਨੇ ਤੇ ਪਾਕ ਸਾਹਿਬ ਅੱਗੋਂ ਇਸਤਕਬਾਲ ਵਾਸਤੇ ਨਿਕਲੇ ਨੇ। ਨੌਸ਼ਾ ਕਾਮਲ ਭਿੜੀ ਸ਼ਰੀਫ ਆਏ ਨੇ 9 ਜੇਠ ਨੂੰ। ਨੌਸ਼ਾ ਕਾਮਲ ਕਿ ਭਿੜੀ ਸ਼ਰੀਫ ਆਏ 9 ਜੇਠ ਨੂੰ ਤੇ ਪਾਕ ਸਾਹਿਬ ਅੱਗੋਂ ਇਸਤਕਬਾਲ ਵਾਸਤੇ ਨਿਕਲੇ ਤੇ ਪਾਕ ਸਾਹਿਬ ਨੇ ਕੀ ਫਰਮਾਇਆ। ਅਲਫਾ ਵੋ ਸਹੇਲੀਓ ਮੇਰੀਓ ਨੀ, ਨੌਸ਼ੋ ਪੀ ਲਾਇਆ ਮੇਰੇ ਮੈਨੂੰ ਵਸਣੇ ਅਪਲੇ ਸੁਪਰ ਦੇ ਕਜ ਮੇਰੇ। 900 ਪਾਕ 9 ਜੇਠ ਵੀ ਰਹੇ, 10 ਜੇਠ ਵੀ ਰਹੇ ਤੇ 11 ਜੇਠ ਨੂੰ ਆਉਂਦੇ ਨੇ ਮਸਤਾਨਿਆਂ ਸਾਨੂੰ ਹੁਣ ਛੁੱਟੀ ਹੈ ਤੇ ਪਾਕ ਸਾਹਿਬ ਅੱਜ ਹੱਥ ਜੋੜ ਕੇ ਆਉਂਦੇ ਨੇ ਕਿ ਤੁਸੀਂ ਮਾਲਕ ਹੋ, ਮੈਂ ਨੌਕਰ ਹਾਂ, ਮੈਂ ਕੌਣ ਹਾਂ ਛੁੱਟੀਆਂ ਦੇਣ ਵਾਲਾ। ਤੇ ਨੌਸ਼ਾ ਪਾਕ ਨੇ ਪਾਕ ਸਾਹਿਬ ਨੂੰ ਸੀਨੇ ਨਾਲ ਲਾਇਆ ਤੇ ਨੌਸ਼ਾ ਪਾਕ ਟੁਰੇ ਤੇ ਪਾਕ ਸਾਹਿਬ ਆਪਣੇ ਹਾਦੀਏ ਕਾਮਲ ਦੀ ਪਾਕ ਪੁਸ਼ਤ ਵੇਖ ਰਹੇ ਨੇ। ਸੁਭਾਨ ਅੱਲਾਹ। ਤੇ 900 ਪਾਕ ਕੇ ਜਿਸ ਵੇਲੇ ਹੋਰ ਦੂਰ ਚਲੇ ਗਏ ਤੇ ਪਾਕ ਸਾਹਿਬ ਛੱਤ ਤੇ ਚੜ ਚੁੱਕੇ ਨੇ ਤੇ ਜਿਸ ਵੇਲੇ ਹੋਰ ਸਰਕਾਰ ਦੂਰ ਚਲੇ ਗਏ ਤੇ ਪਾਕ ਸਾਹਿਬ ਦੀ ਚੀਖ ਨਿਕਲੀ ਤੇ ਪਾਕ ਸਾਹਿਬ ਨੇ ਕੀ ਫਰਮਾਇਆ। ਸੱਜਣ ਟੁਰ ਗਏ ਦੂਰ,
सज्जन टुर गया जदों दे मेरे पाक पैसव छोड़े साजन ये मत जानियो जो तुम बिछड़त मोह चैन साजन पाक साहब कहते रहे साजन ये मत जानियो जो तुम बिछड़त मोह चैन ए अखियां तरसन ते छप छप बरसन
कामयाबी मोहब्बत की समझो इसे। हिजर फराक भी मर्दन साला आसाओ भी दवी सर जान साला इस दर में तू के हर पस हर सू इस दर में तू के हर पस हर सू एक मेरे कामयाबी मोहब्बत की समझो इसे। हिजर फराक भी मर्दन साला आसा उम्मीद भी सन जान साला दिस दम में तू हर पल हर सू नौशाह कामल ये मैं माननी हाँ मैं सारे नाल खोजी हाँ तो पर एक भी टाइम आना है जब मैं खोजी नहीं रहना खोजी कमी नहीं खोजी नहीं जो डोली मेरे भाषा की भैन खोजियां रज के Yeah.